ਮਾਇਆ ਦੇ ਤਿੰਨਾ ਗੁਣਾਂ ਤੋਂ ਬਗੈਰ ਹੈ। ਸੰਧਿਆ ਵੇਲੇ ਦੀ ਕਥਾ ਇਹ ਹੈ ਸਰਗੁਣ ਉਪਾਸ਼ਨਾ, ਅੰਮ੍ਰਿਤ ਵੇਲੇ ਦੀ ਨਿਰਗੁਣ ਉਪਾਸ਼ਨਾ, ਸੰਧਿਆ ਵੇਲੇ ਦੀ ਸਰਗੁਣ ਉਪਾਸ਼ਨਾ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਦੇ ਕੌਤਕਾਂ ਦਾ ਵਰਣਨ ਸੁਣਨਾ, ਇਹ ਹੈ ਸਰਗੁਣ ਦੀ ਉਪਾਸ਼ਨਾ ਕਰਨੀ। ਗੁਰੂ ਦੇ ਧਿਆਨ ਨੂੰ ਆਪਣੇ ਹਿਰਦੇ ਵਿੱਚ ਧਾਰਨਾ, ਕਿਉਂਕਿ ਗੁਰਬਾਣੀ ਦੇ ਵਿੱਚ ਦੋ ਸਰੂਪ ਕਹੇ ਗਏ ਹਨ ਪਰਮਾਤਮਾ ਦੇ, ਸਰਗੁਣ ਨਿਰਗੁਣ ਆਪ, ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਜਿਸ ਪਰਮਾਤਮਾ ਨੇ ਕਲਾ ਧਾਰ ਕੇ ਸਾਰੀ ਦੁਨੀਆ ਨੂੰ ਮੋਹਿਆ ਹੋਇਆ, ਦੋ ਸਰੂਪ ਹੈ, ਨਿਰਗੁਣ ਸਰੂਪ, ਸਰਗੁਣ ਸਰੂਪ। ਆਪ ਸਾਰੇ ਹੀ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਉਹ ਸਰਗੁਣ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹੋ। ਕਥਾ ਪ੍ਰਾਰੰਭ ਕਰਨ ਤੋਂ ਪਹਿਲਾਂ ਲੜੀ ਜੋੜੀਏ, ਆਪ ਜੀ ਨੇ ਪਿਛਲੇ ਪ੍ਰਸੰਗਾਂ ਵਿੱਚ ਸਰਵਣ ਕੀਤਾ ਕਿ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਭਾਗ ਲਾ ਰਹੇ ਹਨ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਦੀਆਂ। ਮਹਾਰਾਜ ਜੀ ਸਾਰਿਆਂ ਨੂੰ ਨਾਮ ਦਾ ਉਪਦੇਸ਼ ਦਿੰਦੇ ਹੈ। ਮਹਾਰਾਜ ਜੀ ਦੇ ਦਰਸ਼ਨ ਕਰਕੇ ਮਨੁੱਖਾਂ ਦੇ ਜਿਹੜੇ ਮਾੜੇ ਕਰਮ ਹਨ ਉਹ ਨਾਸ਼ ਹੋ ਰਹੇ ਹਨ। ਉੱਥੇ ਇੱਕ ਸਿੱਖਣੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀ। ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਦੀ ਹੈ, ਉਹਨੇ ਮੂੰਹ ਦੇ ਉੱਤੇ ਘੁੰਘਟ ਲਿਆ ਹੋਇਆ, ਕਦੀ ਗਾਂਹ ਨੂੰ ਜਾਂਦੀ ਹੈ, ਅੱਗੋਂ ਭੀੜ ਵੇਖਦੀ ਹੈ, ਫਿਰ ਵਾਪਸ ਆ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਹੁਣ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਤੇ ਸਿੱਖ ਨੂੰ ਆਵਾਜ਼ ਮਾਰ ਕੇ ਕਿਹਾ ਬਈ ਉਸ ਬੀਬੀ ਨੂੰ ਸਾਡੇ ਸਾਹਮਣੇ ਲੈ ਕੇ ਆਓ। ਉਹ ਬੀਬੀ ਮਹਾਰਾਜ ਦੇ ਸਾਹਮਣੇ ਆਈ, ਘੁੰਘਟ ਚੱਕਿਆ, ਮਹਾਰਾਜ ਜੀ ਦਰਸ਼ਨ ਕੀਤੇ। ਮਹਾਰਾਜ ਜੀ ਨੇ ਬਿਰਥਾ ਪੁੱਛੀ ਤੇ ਸਿੱਖਣੀ ਕਹਿਣ ਲੱਗੀ, ਮਹਾਰਾਜ ਮੇਰੇ ਮਨ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਉਡੀਕ ਸੀ ਕਿ ਮੈਂ ਆਪ ਜੀ ਦੇ ਦਰਸ਼ਨ ਕਰਾਂ। ਜਿਹੜਾ ਮੇਰਾ ਪੇਕਾ ਪਰਿਵਾਰ ਹੈ ਉਹਦੇ ਵਿੱਚ ਵੀ ਰਹਿ ਕੇ ਮੈਂ ਬੜੀ ਸੇਵਾ ਕੀਤੀ, ਬੜੀ ਕਾਲ ਕੀਤੀ। ਜਿਹੜਾ ਵੀ ਕੋਈ ਸੰਤ ਆਉਂਦਾ, ਜਿਹੜਾ ਵੀ ਕੋਈ ਰਾਹੀ ਆਉਂਦਾ, ਉਸ ਨੂੰ ਪ੍ਰਸ਼ਾਦਾ ਛਕਾਇਆ ਕਰਦੀ। ਜਦੋਂ ਮੇਰਾ ਵਿਵਾਹ ਹੋ ਗਿਆ ਤੇ ਫਿਰ ਮੈਂ ਜਦੋਂ ਸਹੁਰਿਆਂ ਘਰੇ ਆ ਕੇ ਵਸੀ, ਉਸ ਸਮੇਂ ਵੀ ਮੈਂ ਆਪਣਾ ਉਹ ਵਿਵਹਾਰ ਛੱਡਿਆ ਨਹੀਂ। ਅਗਲਾ ਪਰਿਵਾਰ ਵੀ ਗੁਰਸਿੱਖੀ ਵਾਲਾ ਪਰਿਵਾਰ ਸੀ, ਉਹਨਾਂ ਦੇ ਵਿੱਚ ਵੀ ਇਹੀ ਗੁਣ। ਉੱਥੇ ਵੀ ਬੜੇ ਸੰਤ ਆਉਂਦੇ, ਬੜੇ ਫਕੀਰ ਲੋਕ, ਬੜੇ ਸਾਧੂ ਗੁਰਮੁਖ ਭਾਈਜਨ ਆਉਂਦੇ, ਮੈਂ ਉਹਨਾਂ ਦੀ ਵੀ ਸੇਵਾ ਕਰਦੀ। ਮੈਂ ਬੜੇ ਚਿਰਾਂ ਤੋਂ ਤਾਂਘ ਲਾ ਕੇ ਬੈਠੀ ਸੀ ਤੁਹਾਡੇ ਦਰਸ਼ਨ ਕਰਾਂ। ਮੇਰਾ ਸਹੁਰਾ, ਮੇਰੀ ਸੱਸ, ਮੇਰਾ ਪਤੀ ਤੁਹਾਡੇ ਦਰਸ਼ਨ ਕਰਨ ਆਉਂਦਾ, ਪਰ ਮੈਂ ਨਾਲ ਨਹੀਂ ਆ ਸਕੀ। ਮੈਂ ਇਸ ਕਰਕੇ ਆਪਣੇ ਖੋਟੇ ਕਰਮ ਜਾਣਦੀ ਹਾਂ ਵੀ ਮੈਂ ਬੜਾ ਲੰਮੇ ਸਮੇਂ ਬਾਅਦ ਹੁਣ ਤੁਹਾਡੇ ਦਰਸ਼ਨ ਦਾਦਾਰ ਕੀਤੇ। ਫਿਰ ਮਹਾਰਾਜ ਜੀ ਨੇ ਕਿਹਾ, ਐ ਬੀਬੀ ਹੁਣ ਤੁਸੀਂ ਜਾਓ, ਕੱਲ੍ਹ ਨੂੰ ਤੁਸੀਂ ਆਪਣੇ ਪਤੀ ਦੇ ਸਮੇਤ ਇੱਥੇ ਆਇਓ। ਸਵੇਰ ਹੋਈ, ਦੀਵਾਨ ਲੱਗਾ, ਆਪਣੇ ਪਤੀ ਨੂੰ ਨਾਲ ਲੈ ਕੇ ਆਈ ਤੇ ਜਦ ਪਤੀ ਆਇਆ ਤੇ ਮਹਾਰਾਜ ਜੀ ਨੇ ਦਰਸ਼ਨ ਕਰਦਿਆਂ ਹੀ ਉਹਨਾਂ ਦੇ ਕਪਾਟ ਖੁੱਲ੍ਹ ਗਏ। ਨਾਲ ਦੀ ਨਾਲ ਉਹਨਾਂ ਦੇ ਪਿਛਲੇ ਜੀਵਨ ਦੀ ਵਾਰਤਾ ਵੀ ਮਹਾਰਾਜ ਜੀ ਨੇ ਦੱਸੀ।
ਇੱਥੋਂ ਤੱਕ ਆਪ ਜੀ ਨੇ ਪਿਛਲੇ ਪ੍ਰਸੰਗ ਸਰਵਣ ਕੀਤੇ ਹਨ। ਆਓ ਅੱਗੇ ਜਿਸ ਤਰੀਕੇ ਦੇ ਨਾਲ ਕਲਗੀਧਰ ਪਾਤਸ਼ਾਹ ਸਿੱਖਾਂ ਦਾ ਉਧਾਰ ਕਰ ਰਹੇ ਹਨ, ਉਹ ਇਤਿਹਾਸ ਆਪਾਂ ਮਨ ਦੀਆਂ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਕਲਗੀਧਰ ਇੱਕ ਦਿਨ ਕਰਤਨ ਸ਼ੌਚ ਇਸ਼ਨਾਨ। ਇੱਕ ਦਿਨ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਦੀ ਸੋਚ ਪਵਿੱਤਰਤਾ ਦੀ ਕਿਰਿਆ ਕਰਨ ਤੋਂ ਉਪਰੰਤ ਇਸ਼ਨਾਨ ਕਰਕੇ ਬਸਨ ਵਿਭੂਖਣ ਵਰਤਰੇ ਪਹਿਰੇ ਸ਼ਸਤਰ ਸੁਜਾਨ। ਗੁਰੂ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਵਸਤਰਾਂ ਨੂੰ ਧਾਰਨ ਕੀਤਾ ਹੈ ਤੇ ਉਸ ਤੋਂ ਉਪਰੰਤ ਸ੍ਰੇਸ਼ਟ ਗੁਰੂ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਸ਼ਸਤਰ ਧਾਰਨ ਕੀਤੇ ਹਨ। ਚਾਉ ਪਈ ਸਿਰ ਪਰ ਸਤਿਗੁਰ ਛਾਲ ਸਜਾਈ ਤੇ ਸਿਰ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਸ਼ਮੀਨੇ ਦਾ ਇੱਕ ਦਸਤਾਰਾ ਸਜਾਉਣਾ ਕੀਤਾ ਹੈ। ਸੁੰਦਰ ਦਰਸ਼ਨ ਅਧਿਕ ਸੁਹਾਈ, ਜਿਹੜੀ ਦਸਤਾਰ ਬੜੀ ਸੁੰਦਰ ਹੈ ਤੇ ਜਿਹੜਾ ਵੀ ਗੁਰੂ ਕੇ ਪਿਆਰ ਵਾਲਾ ਗੁਰਸਿੱਖ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਤੇ ਉਹ ਜਿਹੜੀ ਦਸਤਾਰ ਹੈ ਉਸਨੂੰ ਬੜੀ ਸ਼ੋਭਨੀਕ ਬੜੀ ਸੋਭਾ ਵਾਲੀ ਲੱਗਦੀ ਹੈ। ਆਣ ਸਿੰਘਾਸਨ ਉੱਪਰ ਬੈਸੇ ਤੇ ਗੁਰੂ ਮਹਾਰਾਜ ਜੀ ਤਿਆਰ ਬਾਰ ਤਿਆਰ ਹੋ ਕਰਕੇ ਆ ਕੇ ਸਿੰਘਾਸਨ ਦੇ ਉੱਤੇ ਬੈਠੇ ਹਨ। ਸੁਰਗਣ ਮੈਂ ਸੁਰਪਤ ਹੋਇਆ ਜੈਸੇ, ਭਾਈ ਸੰਤੋਖ ਸਿੰਘ ਜੀ ਮਹਾਰਾਜ ਜੀ ਦਾ ਜਸ ਕਰਦੇ ਹੋਏ ਫਰਮਾਉਂਦੇ ਹਨ ਕਿ ਮਹਾਰਾਜ ਜੀ ਏਦਾਂ ਸੋਭਾ ਪਾ ਰਹੇ ਹੈ ਕਿ ਜਿੱਦਾਂ ਸਮੂਹ ਦੇਵਤਿਆਂ ਦੇ ਵਿੱਚ ਸੁਰਾਂ ਦਾ ਪਤੀ ਇੰਦਰ ਸੋਭਾ ਪਾਉਂਦਾ ਹੈ, ਇੱਦਾਂ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੱਖਾਂ ਰੂਪੀ ਦੇਵਤਿਆਂ ਦੇ ਵਿੱਚ ਬੈਠ ਕੇ ਸੋਭਾ ਨੂੰ ਪ੍ਰਾਪਤ ਕਰ ਰਹੇ ਹਨ। ਲਗੇ ਉਹ ਦੀਵਾਨ ਮਹਾਨ ਸੁਜਾਨਾ, ਅਤੇ ਸ੍ਰੇਸ਼ਟ ਜਿਹੜਾ ਦੀਵਾਨ ਹੈ ਨਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲੱਗਣਾ ਕੀਤਾ ਹੈ। ਚਾਉ ਦਿਸ਼ਮੈ ਸਿੱਖ ਥਿਰ ਮਤਵਾਨਾ, ਅਤੇ ਮਹਾਰਾਜ ਦੀ ਸਭਾ ਦੇ ਵਿੱਚ ਸਾਧ ਸੰਗਤ ਜੀ ਚੋਵਾਂ ਹੀ ਪਾਸੇ ਬੜੇ ਜਿਹੜੇ ਮਤ ਵਾਲੇ ਬੜੇ ਸਿਆਣੇ ਬੜੇ ਦਾਨਸ਼ਵੰਦ ਜਿਹੜੇ ਸਿੱਖ ਹਨ ਉਹ ਮਹਾਰਾਜ ਦੇ ਚਾਰੇ ਪਾਸੇ ਟਿਕੇ ਹੋਏ ਹਨ, ਬੈਠੇ ਹੋਏ ਹਨ। ਹੁਕਮ ਕਰਿਓ ਸੰਗਤ ਸਮੁਦਾਈ, ਤੇ ਫਿਰ ਮਹਾਰਾਜ ਜੀ ਨੇ ਸਾਰੀ ਹੀ ਸੰਗਤ ਨੂੰ ਉਹ ਸਮੇਂ ਹੁਕਮ ਕਰਨਾ ਕੀਤਾ ਹੈ। ਦਰਸ਼ਨ ਹਿਤ ਬੋ ਥਲ ਤੇ ਆਈ, ਮਹਾਰਾਜ ਨੇ ਸਿੱਖਾਂ ਨੂੰ ਕਿਹਾ ਭਾਈ ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਬਹੁਤ ਥਲ ਤੇ ਆਈ, ਬੜੇ ਸਥਾਨਾਂ ਉੱਤੋਂ ਬੜੀਆਂ ਜਗਾਵਾਂ ਉੱਤੋਂ ਬੜੇ ਏਰੀਆ ਦੇ ਵਿੱਚੋਂ ਆਈ ਹੋਈ ਹੈ, ਮਨੋ ਕਾਮਨਾ ਆਏ ਸੋ ਪਾਵੈ, ਉਹ ਸਾਰੀ ਸੰਗਤ ਨੂੰ ਬੁਲਾਉਣਾ ਕਰੋ ਤਾਂ ਕਿ ਉਹਨਾਂ ਦੇ ਜੋ ਵੀ ਮਨੋ ਕਾਮਨਾ ਹੈ ਜੋ ਵੀ ਉਹਨਾਂ ਗੁਰਸਿੱਖਾਂ ਦੀ ਇੱਛਾ ਹੈ ਉਹ ਇੱਛਾ ਉਹਨਾਂ ਦੀ ਅਸੀਂ ਪੂਰੀ ਕਰ ਸਕੀਏ, ਭਾਵ ਕਿ ਉਹਨਾਂ ਨੂੰ ਮਾਣ ਪਾਉਂਦੇ ਜਿਹੜੇ ਵਰ ਹਨ ਉਹ ਦੇ ਸਕੀਏ। ਗਇਓ ਮੇਵੜਾ ਸਭਨ ਸੁਣਾਵੈ, ਅਤੇ ਜਿਹੜਾ ਮੇਵੜਾ ਸਿੰਘ ਹੈ ਉਹ ਗਿਆ ਤੇ ਉਸਨੇ ਗੁਰੂ ਮਹਾਰਾਜ ਦਾ ਹੁਕਮ ਸਾਰੀ ਸੰਗਤ ਨੂੰ ਸੁਣਾਉਣਾ ਕੀਤਾ ਹੈ। ਤਬ ਸੰਗਤ ਸਗਰੀ ਚੱਲ ਆਈ, ਮਹਾਰਾਜ ਜੀ ਦਾ ਹੁਕਮ ਸੁਣ ਕੇ ਕਿ ਮਹਾਰਾਜ ਜੀ ਸਾਰੀ ਸੰਗਤਾਂ ਨੂੰ ਆਪਣੇ ਕੋਲ ਬੁਲਾ ਰਹੇ ਹਨ, ਇਸ ਹੁਕਮ ਨੂੰ ਸੁਣ ਕੇ ਸਾਰੀ ਸੰਗਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਈ ਹੈ। ਦਰਸ਼ਨ ਕਰਤ ਭਈ ਸਮੁਦਾਈ, ਸਾਰੀ ਸੰਗਤ ਨੇ ਆ ਕੇ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ। ਅਧਿਕ ਭੀੜ ਹੋਏ ਚੌਂ ਫੇਰੇ, ਗੁਰੂ ਮਹਾਰਾਜ ਜੀ ਦੇ ਉਸ ਸਮੇਂ ਚਾਰੇ ਹੀ ਪਾਸੇ ਬਹੁਤੀ ਜ਼ਿਆਦਾ ਸੰਗਤਾਂ ਦੀ ਜਿਹੜੀ ਭੀੜ ਹੈ ਭਾਵ ਕਿ ਇਕੱਠ ਹੈ ਉਹ ਸਮੇਂ ਹੋਇਆ ਹੈ। ਸਿੱਖ ਸਿੱਖਣੀ ਮਿਲੇ ਘਨੇਰੇ, ਗੁਰੂ ਮਹਾਰਾਜ ਜੀ ਦੇ ਸਿੱਖ ਅਤੇ ਬੜੀਆਂ ਹੀ ਸਿੱਖਣੀਆਂ ਆ ਕੇ ਮਹਾਰਾਜ ਜੀ ਨੂੰ ਮਿਲੀਆਂ ਹਨ। ਬੈਠੇ ਸੋਬਤ ਗੁਰਦ ਸਬੇਰੰਗ, ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਹਨ ਕਿ ਜਦੋਂ ਮਹਾਰਾਜ ਜੀ ਉਸ ਵੇਲੇ ਸਭਾ ਦੇ ਵਿੱਚ ਬੈਠੇ ਹੋਏ ਹਨ ਤੇ ਏਦਾਂ ਸੋਭਾ ਪਾ ਰਹੇ ਹਨ। ਗਣ ਜਸ਼ਨ ਮੈਂ ਜਥਾ ਕੁਬੇਰੰਗ, ਜਿੱਦਾਂ ਮੰਨ ਲੈਣਾ ਕਰੋ ਕਿ ਜਿਹੜਾ ਕੁਬੇਰ ਹੈ ਉਹ ਆਪਣੇ ਜੱਛਾਂ ਦੇ ਵਿੱਚ ਸੋਭਾ ਨੂੰ ਪ੍ਰਾਪਤ ਕਰਦਾ ਹੋਏ, ਇਹ ਵੀ ਇੱਕ ਜੀ ਦੇਵਤਿਆਂ ਦੀ ਪ੍ਰਜਾਤੀ ਹੈ ਜਿਸ ਨੂੰ ਜੱਛ ਕਿਹਾ ਜਾਂਦਾ ਹੈ।
ते उन्हां दा जिहड़ा राजा है साध संगत जी सनातन धर्म के मुताबक कुबेर नूं मन्निया गया। देवत्यां दा जिहड़ा राजा है वह इंद्र है, जच्छां दा जिहड़ा राजा है वह कुबेर है। इत्थे अलंकार वास्ते, उपमा देण वास्ते, गुरु महाराज की वड़ियाई करन वास्ते ये शब्द वरते गए हैं। इहदा अर्थ ये नहीं है कि गुरु महाराज जी इंद्र वर्गे है। इंद्र दे नाम ते तां गुरबाणी दे विच भी आया, वह निकलंकित हो गया सी, माड़े कर्म किया सी उसने अहिल्या दे नाल। सो तात्पर्य ये नहीं है कि महाराज जी नूं क्यों ये उदाहरण दिती गई महाराज जी वास्ते, क्योंकि जदों भी किसी की उदाहरण दिती जाती है वह सब तो श्रेष्ठ, सब तो सुची, सब तो उच्चे बंदे की उदाहरण ही दिती जाया करती है। इसलिए महाराज जी दे वास्ते जेडे ये तखल्लफ सन भाई संतोख सिंह जी ने वरते हैं, आंख पांखरी कमल सरेखे, ते गुरु महाराज जी दी जेडी अखां दीआं पलकां हन, भाई संतोख सिंह जी फरमाउंदे आ वह कमल सरेखियां हन, कमल दे पत्तियां वर्गियां हन। बड़ी भीर संगत की देखी, उस समय जितने भी सिख हन सारिआं ने वेख्या कि संगत का बड़ा भारी इकट होया है महाराज जी दे कोल। श्रीमुख ते फरमावन करियो, श्रोमणी सुभायमान मुख तो फिर गुरु महाराज जी ने हुक्म किया है, अब का मेला दीर्घ भरियो। सिखा ने भी कहा ते महाराज जी ने भी मनिया, भाई इस वरी जेड़ा संगतां दा इकट है वह बहुता ज्यादा है, मेला बहुता ज्यादा संगतां दे नाल भरिया होया है। दिन द्वै तीन के रोक रखीजा, महाराज जी ने हुक्म किया सिखा नू, सूरमिया नू, अपने अरदासी सिंघा नू, मसंदा नू कि भाई इस वरी जितना भी ये मेला भाव की इकट होया है इस इकट नू दो या तीन दिन श्री आनंदपुर साहिब दे विच रोक के रखना करो। सिख सिखनी जान ना दीजा, किसे भी सिख नू अते किसे भी बीबी नू इस स्थान तो जान नहीं देना है। हुक्म सुनिया सब हुण सुनाए, जदों सिखा ने ये हुक्म सुनिया ते गुरु महाराज दा हुक्म, फिर सारी ही संगत नू गुरु के सिखा ने सुनाउणा कीता है। बैठे पट रोके समुदाए, अते जितने भी सूरमे हन उन्हां सारयां ने ही संगत नू रोकना कीता है। उस समय घर दर्शन कर चहत सुधायो, अते गुरु महाराज जी दे दर्शन करके, क्योंकि संगतां दा इको ही प्रयोजन सी कि गुरु महाराज दे दर्शन करिए। हुण दर्शन प्राप्त हो गए है, दर्शन कर ले, इस करके हुण सारी संगत जिहड़ी है ना संगत जी वह वापस अपने घरां नूं जाना चाहुंदी है। किसहुं मग को जान ना पायो, पर किसे भी रस्ते तो गुरु के सिख जिहड़े है संगत नूं जान नहीं दे रहे, क्योंकि गुरु महाराज का हुक्म है सिखा नूं। सिखा ने तां गुरु का हुक्म ही कमाउणा है, सानू तां गुरु की सिखी तां ही नसीब होवेगी संगत जी जेकर कि असी गुरु दे हुक्म नूं मन्नांगे ते दृढ़ता दे नाल उहदे उत्ते पहरा देवांगे तां ही साडी जिहड़ी सिक्खी है उह सफली है, नहीं तां असी नाम दे ही सिख हो जावां। गुर कहिआ साकार कमावो, सिख दा फर्ज है जो भी गुरु ने हुक्म कीता उस हुक्म नूं अपने सिर मत्थे मन के स्वीकार करना। इस लई महाराज जी दे जिहड़े सिख हन, महाराज जी दे जिहड़े सूरमे हन, वह सारी ही संगत नूं रोक रहे हन। घर के काज घणे तिस काला, उस समय फिर सारी संगत नूं संगत जी घर दे काम बहुते याद आ रहे हन। करे काहली जाहे उताला, बड़ी काली करदे आ, बड़ी छेती दे नाल घर दे वे जाना चाहुंदे आ, क्योंकि दर्शन करने सन, वह दर्शन नसीब हो चुके है, कर ले है, बड़े दिन हो चुके हैं संगत नूं, इसलिए संगत बड़ी काली कर रही है ते संगत चाहुंदी है कि असी अपने घरां दे विच जाइए ते घरां दे विच जाके जिहड़े घर दे काम हन गृहस्थियां दे ओह वी करना करिए। दिपत तेज गुर को सब हीरे, ते उधर महाराज जी का जिहड़ा तेज प्रताप है वह भी सारे वेखदे है कि महाराज जी दा चेहरे का प्रताप इतना है संगत जी।
कि उस वल देख के कोई वचन नहीं हुंदा। सियाने विद्वाना तो सुनिया है कि जेड़े तपस्वी लोग होया करते है, भगती वालियां रूहां होया कर दियां, उन्हां दे चेहरे वल देखना बड़ा मुश्किल हो जाता है हरेक वास्ते। ये जेड़ी उन्हां दा तेज प्रताप है उसनू सहारना हरेक किसी दी वस दी गल नहीं है। गल याद आई, सारे ही जानते हाँ कि 20वीं सदी के महान जरनैल अमर शहीद संत ज्ञानी जरनैल सिंह जी खालसा पिंडरांवाले, अज सारी ही कौम उन्हां नू याद करती है। उन्हां दा तेज प्रताप बहुत सी। कई सिखां ने कहा भाई महापुरखां दे चेहरे वल तकना बहुत मुश्किल है। ते एक बॉम्बे दा रहण वाला सेठ है कुंदन सिंह, उसनू सेठ कुंदन सिंह कहिंदे है, महापुरखां दा संगी भी रहा हुण भी हैगा। जदों असीं बॉम्बे गए उन्होंने बचन सुनाया, वह कहिंदे जदों मैनू कईआं ने कहा ना कि महापुरखां दे चेहरे दा तेज प्रताप बहुत है, उन्होंने चेहरे वल तकना बहुत मुश्किल है, तो मैं भर जवानी विच सी, उस समय मेरे मन दे विच आया भाई ये किहड़ी वड्डी गल है, चेहरे वल ही देखना देख लवांगे। महापुरख उस समय दादर रुके हुए सन, हरेक साल ही जथा जाया करता सी। ते जदों दर्शन करन वास्ते शेठ कुंदन सिंह कहिंदा मैं गया ना, ते उस समय संत विराजे हुए सन, मैं सिंघां नूं कहा बई मैं महापुरखां दे दर्शन करना चाहुंदा हाँ। जदों महापुरख उठे फिर मैनूं दर्शन कराए गए, मैं थले बैठ गया, संत पलंगे दे उत्ते सन, कहिंदे थले दरी विछी हुई सी कमरे विच, कंध नूं ढोला लई ते दो तीन वार ताणू करके नजरां वेखणा चाहिया भी तकदा भी ये किहड़ी गल है, एडी भी किहड़ी गल है कि महापुरखां दी अखां विच अखां नहीं को पा सकदा। कहिंदे मैं अखां ताणू करां पर मैं महापुरखां दीआं अखां विच अखां नहीं पा सकिया। संत ब्रह्म ज्ञानी सन, बड़े नाम अभ्यासी सन, महाराज जी की अपार बख्शिश सी उन्हां उत्ते, तां ही अज सारी कौम उन्हां नूं याद करती है, तां ही अज सारी नौजवानी उन्हां नूं अपना आइडल मानती है, उन्हां दी कही होई एक एक गल ते पैरा भी सारे दिंदे है। क्यों? क्योंकि उन्होंने उस निरंकार परमात्मा की बाणी का जाप किया बड़ा लम्मा समा। ते जदों मैं कहिंदा कुंदन सिंह कहिंदा कि जदों मैं दो तीन वार इदां वेखिया महापुरख मुस्कुरा पए, संत कहिंदे ऐ कुंदन सिंह पहला कुछ कर लै फिर वेख भी लवी। कहिंदे मैं बहुत ही शर्मिंदा जा होया कि यह किदां दी गल बन गई मेरे नाल, कि महापुरख ने तो मेरे मन की गल जान ली, मैं तो चेहरा वेखण वास्ते आया सी, नाम मैं दसिया संतां नूं किदां पता लग गया। बस कहिंदे उस तो बाद फिर पता लग गया भई ये कोई छोटी मोटी खेड नहीं है, दमदमी टकसाल दे मुखी दे नाल नाल बड़े तकड़े नाम अभ्यासी भी सन महापुरख, बड़ा तकड़ा चेहरे दा जलाल सी उन्हां दा, बचना दे विच बड़ी भारी क्षमता सी, पर ये क्षमता किदां होई, ये गुरु के शब्द नूं कमा के, तां ये रहमतां मिलियां, तां ये शक्तियां मिलियां, तां ये बरकतां नसीब होईयां उन्हां नूं, क्योंकि उन्हां ने बाणी पढ़ी सी, आप जपै अवरह नाम जपाए, वो आप भी नाम जपदे ते दूजिआं नूं भी नाम जपाउंदे। सो इस लई संगत जी, इहो जे महापुरख जिन्हां ने बाणी दी कमाई कीती उन्हां दे चेहरे वल कोई तक नहीं सी सकदा,
ते इत्थे तां कलगी धर पातशाह निरंकार दा रूप आप शरीर धार करके आए है। फिर उन्हां दे चेहरे अगे उन्हां दे सामने कोई किद्दां बोल सकदा सी। इसलई जितने भी श्रद्धावान सिख हन उन्हां ने देखिया भाई महाराज दे अगे हुण असीं की कहीए, कोई शब्द भी उन्हां दे मुख दे विचों नहीं निकलिया, क्योंकि महाराज जी का जिहड़ा तेज प्रताप है वह बहुत ज़्यादा है। इसलिए कोई भी मुख दे विचों कोई गल नहीं निकल रही है। ओ कह ना सकै तिस बेरे, उस वेले कोई भी मनुख कोई भी सिख कोई शब्द नहीं कह सकिया। फिर बोल कीर्तन गुरु हजूरा, गुरु महाराज की हजूरी दे विच जेड़े रवाबी सिंह हन ओ कीर्तन करदे हन गुरबाणी दा। संगत भई काहली पूरा, पर जेड़ी संगत है ना ओ बड़ी ज्यादी काली है घरां नूं जाण वास्ते। देश मालवे के सिख घणे, अते मालवे देश दे विचों बहुते सिख महाराज दे दर्शन करन वास्ते ओ संगत दे विच आए हुए सन। मिल ब्यों ते विचारे ओ मने, ते उन्हां ने सारिआं ने फिर मिल के इक व्योंत विचारी है अपने मन दे विच सलाह करके। निकस रोक ते जिम कर चाला, जिस तरह दे नाल इस जगह तो निकल सकीए ते कोई रोके भी ना ओ ढंग उन्हां ने वरत्या है। छुटबे रचियो परपंच विसाला, छुट्टण वास्ते भाव की छुट्टी लैण वास्ते एक परपंच रचिया, एक पखंड एक दंभ रचिया उन्हां ने। फिर उस समय एक सिख शव समय शीडी पायो, एक सिख नूं उन्हां ने की कीता जी, शव सम लोथ वांगू, भाव कि जिदा बंदा अकाल चलाना कर जांदा है उदा मन लिया, ते उस नूं एक तख्ते दे उत्ते लम्मा पा दिता। मिलकर बहुत शब्द को गायो, अते फिर सारे मिल के कोई रो रहा कोई वरलाप करन लग पे दूसरे संगी उस दे। लयो उठाए कंध पर सौ, अते उस तख्ते नूं सारिआं ही सिखां ने अपने कंधे उत्ते अपने मोढ़ियां दे उत्ते चक लिया है। कीर्तन करहे अगर गन होउ, ते कुछ कु जिहड़े सियाणे अपने आप दे विच सन ओ फिर गुरबाणी दा जेड़ा कीर्तन है ओ शरीर दे अगे करदे होए जा रहे हन। सेवक की ओड़क निभे प्रीत, ते शब्द भी गायन कर रहे हैं भाई संतोख सिंह जी। कहिंदे ओ केड़ा शब्द है, सेवक की ओड़क निभे प्रीत, भाई ए सेवक दी जेड़ी प्रीति है ना धुर तक निभ गई है, भाव की महाराज दे दर्शन करके इसने अपना शरीर जेड़ा है ओ शांत कीता है। इसलिए बड़े चंगे कर्मा वाला है, बड़ा वड़भागा है जिस दे दर्शन करन तो बाद जिस नूं मौत नसीब होई है। इदां दा इन्हां सिखां ने एक परपंच एक दंभ रचिया ते नाल दी नाल गुरबाणी दा आसरा भी लिया। ये तुक भी पढ़दे जांदे होरनां नूं ते चलो समझ सकदे आ कि मूर्ख बना सकदे है, पर वेखो सिक्खी तो बेमुख होण दीआं गल्लां भी गुरु महाराज जी दे सामने ही इहो जा दंभ इहो जा पखंड रचिया इन्हां ने, ते नाल दी नाल गुरबाणी नूं अपने अनुसार ही वरत रहे है। बई इह सिख दी प्रीति जिहड़ी है तोड़ निभ गई है। कई लोग होया करदे आ संगत जी जिहड़े गुरबाणी दा सिर्फ आसरा ही लैंदे आ, मन दे विच इहो जी कोई भावना भी नहीं आ उन्हां दे, गुरबाणी दा अदब भी नहीं है, सिर्फ बाहर मुखी हो करके ही वेखीदा आ कि वह अपने आप नूं सिख अपने आप नूं बड़े तकड़े समझदे है। सो इहो जिहा मनुखां दे वास्ते ही इह सिक्ख्या देण वास्ते भाई संतोख सिंह जी ने यह प्रसंग लिखिया जिहड़ा कलगीधर पातशाह जी दे समय होया। यह सिक्ख्या दे वास्ते ही यह सारा जिहड़ा व्योंत है, यह महाराज जी किद्दां उन्हां दा दंभ ਦਾ ਜਿਹੜਾ ਪਖੰਡ ਉਹਨਾਂ ਨੇ ਰਚਿਆ ਕਿੱਦਾਂ ਉਹਦਾ ਪਰਦਾ ਉਧੇੜਦੇ ਹਨ ਉਹ ਅੱਗੇ ਤੁਹਾਨੂੰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਹਨ। ਇੱਕ ਤੁਕ ਗਾਏ ਪ੍ਰੇਮ ਧਰ ਚੀਤ, ਇਹ ਜਿਹੜੀ ਤੁਕ ਹੈ ਮਨ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਉਹ ਜਿਹੜੇ ਸਿੱਖ ਹਨ ਪੜਦੇ ਹਨ। ਜਹਾਂ ਬਿਰਾਜਤ ਅੰਤਰ ਜਾਮੀ, ਜਿੱਥੇ ਅੰਤਰ ਜਾਮੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਿਰਾਜ ਰਹੇ ਸਨ ਸਭਾ ਦੇ ਵਿੱਚ। ਇਹਕੋ ਆਏ ਠਗਣ ਹਿਤ ਸੁਆਮੀ, ਉਸ ਜਗ੍ਹਾ ਤੇ ਆਏ ਹੈ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਾਹਦੇ ਵਾਸਤੇ ਆਏ ਆ ਠਗਣ ਹਿਤ ਸੁਆਮੀ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਠੱਗਣਾ ਚਾਹੁੰਦੇ ਹਨ ਆਪਣੀ ਚਤੁਰਾਈ ਦੇ ਨਾਲ। ਕਮਲ ਬਲੋਚਣ ਕੇ ਤੇ ਤਿਨਹੇਰਾ ਤੇ ਕਮਲ ਸਰੀਖੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਦਾ ਜਿਹੜਾ ਮੁਖੜਾ ਹੈ ਉਹ ਕਮਲ ਸਰੀਖਾ ਹੈ, ਉਹਨਾਂ ਨੇ ਇਹ ਸਾਰੇ ਹੀ ਪ੍ਰਪੰਚ ਨੂੰ ਵੇਖਣਾ ਕੀਤਾ ਹੈ। ਬੋਲੇ ਸ੍ਰੀ ਮੁਖ ਤੇਤ ਸਵੇਰਾ, ਉਹ ਸਮੇਂ ਫਿਰ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ। ਸੋ ਇਹ ਸੰਗਤ ਮੈਂ ਸ਼ੋਰ, ਸਿੱਖਾਂ ਨੂੰ ਪੁੱਛਿਆ ਭਾਈ ਜਾ ਕੇ ਵੇਖਣਾ ਕਰੋ ਸੰਗਤ ਦੇ ਵਿੱਚ ਇਹ ਕਿਹੋ ਜਿਹਾ ਸ਼ੋਰ, ਕਿਹੋ ਜਿਹਾ ਰੌਲਾ ਪੈ ਰਿਹਾ ਹੈ। ਰੋਦਨ ਸ਼ਬਦ ਉਦਤ ਜੁਤ ਜੋਰ, ਬੜੇ ਸਿੱਖ ਜਿਹੜੇ ਹੈ ਬੜੀ ਉੱਚੀ ਉੱਚੀ ਰੋ ਰਹੇ ਹਨ, ਬੜਾ ਉੱਚੀ ਉੱਚੀ ਵੈਰਾਗ ਕਰ ਰਹੇ ਹਨ। ਇੱਕ ਸਿੱਖ ਸੁਣ ਬੋਜਨ ਕੋ ਧਾਇਓ, ਜਦੋਂ ਮਹਾਰਾਜ ਜੀ ਨੇ ਹੁਕਮ ਕੀਤਾ ਤੇ ਇੱਕ ਸਿੱਖ ਜਿਹੜਾ ਹੈ ਉਹ ਵੇਖਣ ਦੇ ਵਾਸਤੇ ਦੌੜ ਕੇ ਗਿਆ ਹੈ। ਕਹਿਓ ਧਾਏ ਕਿਉਂ ਸ਼ੇਰ ਸ਼ੋਰ ਮਚਾਇਓ, ਜਾ ਗਿਆ ਦੌੜ ਕੇ ਤੇ ਕਿਹਾ ਭਾਈ ਕਿਉਂ ਬਹੁਤਾ ਜ਼ਿਆਦਾ ਸ਼ੋਰ, ਕਿਉਂ ਬਹੁਤਾ ਜ਼ਿਆਦਾ ਰੋ ਰਹੇ ਹੋ, ਕਾਰਨ ਦੱਸਣਾ ਕਰੋ। ਸੁਣ ਪਿਖ ਪੁਨ ਹਟ ਭਾਖਤ ਭਇਓ, ਤੇ ਜਦੋਂ ਸੁਣਿਆ ਤੇ ਵੇਖ ਲਿਆ ਆਪਣੀ ਅੱਖਾਂ ਦੇ ਨਾਲ, ਫਿਰ ਉਹ ਜਿਹੜਾ ਸਿੱਖ ਹੈ ਵਾਪਸ ਆ ਕੇ ਮਹਾਰਾਜ ਨੂੰ ਉਸਨੇ ਬੇਨਤੀ ਕੀਤੀ। ਫਿਰ ਸਤ ਇੱਕ ਸਿੱਖ ਹੋਏ ਗਏ ਕਿ ਮਹਾਰਾਜ ਜੀ ਇੱਕ ਸਿੱਖ ਦੇ ਉੱਤੇ ਜਿਹੜਾ ਤੁਹਾਡਾ ਸੱਤ ਹੁਕਮ ਹੈ ਨਾ, ਭਾਵ ਕਿ ਸੱਚਾ ਹੁਕਮ, ਭਾਵ ਕਿ ਉਹ ਹੋ ਗਿਆ, ਭਾਵ ਕਹਿਣ ਦਾ ਕਿ ਉਹ ਸਿੱਖ ਅਕਾਲ ਚਲਾਣਾ ਕਰ ਗਿਆ ਹੈ, ਸੱਚਾ ਜਿਹੜਾ ਹੁਕਮ ਹੈ ਉਸ ਦੇ ਅਨੁਸਾਰ ਇਹ ਖੇਡ ਵਰਤ ਚੁੱਕੀ ਹੈ ਸਿੱਖ ਉੱਤੇ। ਮੁਖ ਭਣਿਓ ਇਹਾਲੇ ਜਾ ਆਵੋ, ਤੇ ਮਹਾਰਾਜ ਜੀ ਨੇ ਤੇ ਸਭ ਕੁਝ ਜਾਣਦੇ ਹੈ, ਤੇ ਮਹਾਰਾਜ ਨੇ ਬਚਨ ਕੀਤਾ ਭਾਈ ਉਹ ਸਿੱਖ ਨੂੰ ਉਸਦੇ ਸਿੱਖ ਦੇ ਸਰੀਰ ਨੂੰ ਸਾਡੇ ਕੋਲ ਲੈ ਕੇ ਆਉਣਾ ਕਰੋ। ਵਯੋ ਸਿੱਖ ਕੈ ਉਤਨ ਜਾਵੋ, ਗਿਆ ਸਿੱਖ ਤੇ ਜਾ ਕੇ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਭਾਈ ਉਧਰ ਸ਼ਮਸ਼ਾਨ ਭੂਮੀ ਵੱਲ ਨਾ ਜਾਓ, ਤੁਸੀਂ ਇੱਧਰ ਮਹਾਰਾਜ ਜੀ ਦੇ ਕੋਲ ਆਉਣਾ ਕਰੋ। ਆਪਣੇ ਸੰਗ ਤਹਾਂ ਲੈ ਆਇਓ, ਤੇ ਆਪਣੇ ਨਾਲ ਉਹ ਸਿੱਖ ਦੇ ਸਰੀਰ ਨੂੰ ਤੇ ਜਿਹੜੇ ਉਹਦੇ ਨਾਲ ਸ਼ਬਦ ਗਾਇਨ ਕਰ ਰਹੇ ਸਨ ਉਹਨਾਂ ਨੂੰ ਮਹਾਰਾਜ ਜੀ ਦੇ ਕੋਲ ਲੈ ਕੇ ਆਉਣਾ ਕੀਤਾ। ਫਿਰ ਸਨਮੁਖ ਜਿਤ ਗੁਰ ਦ੍ਰਿਸ਼ਟ ਲਗਾਇਓ, ਤੇ ਸਾਹਮਣੇ ਲਿਆ ਕੇ ਉਸਦਾ ਸਰੀਰ ਰੱਖ ਦਿੱਤਾ ਜਿੱਥੇ ਮਹਾਰਾਜ ਦੀ ਨਜ਼ਰ ਸੁਖੱਲੀ ਹੀ ਪੈ ਸਕਦੀ ਸੀ। ਇਸ ਲਈ ਉਹ ਜਿਹੜਾ ਸਰੀਰ ਹੈ ਮਹਾਰਾਜ ਦੇ ਸਾਹਮਣੇ ਟਿਕਾ ਦਿੱਤਾ ਗਿਆ। ਰੇ ਉਤਾਰ ਚਹੂੰ ਦਿਸ਼ ਹੋਈ, ਜਿਹੜੀ ਭੀੜ ਨੇ ਉਸਦਾ ਸਰੀਰ ਆਪਣੇ ਮੋਢਿਆਂ ਦੇ ਉੱਤੇ ਚੱਕਿਆ ਸੀ, ਉਸਦੇ ਬਿਮਾਨ ਨੂੰ, ਉਸਦੇ ਤਖਤੇ ਨੂੰ, ਉਸਦਾ ਤਖਤਾ ਥੱਲੇ ਰੱਖ ਦਿੱਤਾ ਗਿਆ, ਤੇ ਆਪ ਜਿਹੜੀ ਸੰਗਤ ਹੈ ਉਸਦੇ ਚਾਰੇ ਪਾਸੇ ਹੋ ਗਈ। ਫਿਰ ਗਾਵਣ ਲੱਗੇ ਸ਼ਬਦ ਤੁਕ ਸੋਈ, ਉਹ ਹੀ ਜਿਹੜੀ ਤੁਕ ਹੈ ਫਿਰ ਵਾਰ ਵਾਰ ਗੁਰੂ ਮਹਾਰਾਜ ਦੇ ਹਜ਼ੂਰ ਵੀ ਪੜ੍ਹਦੇ ਹੈ, ਕਿਹੜੀ ਸੇਵਕ ਕੀ ਓੜਕ ਨਿਭੀ ਪ੍ਰੀਤ, ਉੱਚੀ ਉੱਚੀ ਦੀ ਆਵਾਜ਼ ਦੇ ਵਿੱਚ ਇਹ ਜਿਹੜੀ ਗੁਰਬਾਣੀ ਦੀ ਤੁਕ ਹੈ ਉਹ ਸਿੱਖ ਪੜ ਰਹੇ ਹਨ। ਉਮਗ ਉਮਗ ਕਰ ਪ੍ਰੇਮ ਵਿਸਾਲੇ, ਬੜਾ ਉਹਨਾਂ ਦਾ ਜਿਹੜਾ ਪ੍ਰੇਮ ਹੈ ਦੇਖਣ ਦੇ ਵਿੱਚ ਆਉਂਦਾ, ਉਮਗ ਉਮਗ ਕੇ ਬਾਹਰ ਨੂੰ ਆ ਰਿਹਾ ਹੈ। ਅਧਿਕ ਬਲੋਚਣ ਤੇ ਜਲ ਡਾਲੇ, ਤੇ ਮਹਾਰਾਜ ਜੀ ਦੇ ਵੇਖਦੇ ਵੇਖਦੇ ਕਈ ਜਿਹੜੇ ਸਿੱਖ ਹਨ ਓਦਾਂ ਹੀ ਝੂਠੀ ਮੂਠੀ ਹੀ ਆਪਣੇ ਨੇਤਰਾਂ ਦੇ ਵਿੱਚੋਂ ਵੈਰਾਗ ਦਾ ਜਾਲ ਕੱਢ ਰਹੇ ਹਨ। ਰੋਦਨ ਸ਼ਬਦ ਬੰਦ ਹੋਏ ਗਏ, ਜਦੋਂ ਮਹਾਰਾਜ ਜੀ ਨੇ ਸਭ ਵੱਲ ਵੇਖਿਆ ਤੇ ਮਹਾਰਾਜ ਜੀ ਵੱਲ ਵੇਖ ਕੇ ਫਿਰ ਸਾਰਿਆਂ ਦਾ ਜਿਹੜਾ ਰੋਣ ਦਾ ਜਿਹੜਾ ਸ਼ਬਦ ਸੀ ਉਹ ਬੰਦ ਹੋ ਗਿਆ ਹੈ। ਚਤੁਰੋ ਘਟੀ ਲੱਗ ਸਭ ਥਿਰ ਭਇਓ, ਚਾਰ ਘੜੀਆਂ ਤੱਕ ਸਾਰੇ ਹੀ ਮਹਾਰਾਜ ਜੀ ਵੱਲ ਦੇਖਦੇ ਰਹੇ, ਤੇ ਉਹ ਜਿਹੜਾ ਸਰੀਰ ਹੈ ਮਹਾਰਾਜ ਦੇ ਸਾਹਮਣੇ ਪਿਆ ਰਿਹਾ। ਸਿੱਖ ਸਮੀਪ ਸਬਣ ਕੇ ਸਾਥ, ਤੇ ਜਿਹੜੇ ਗੁਰੂ ਮਹਾਰਾਜ ਦੇ ਸਮੀਪੀ ਸਿੱਖ ਸਨ, ਜਿਹੜੇ ਹਰ ਰੋਜ਼ ਮਹਾਰਾਜ ਦੇ ਨਾਲ ਰਹਿੰਦੇ ਹਨ, ਉਹਨਾਂ ਦੇ ਨਾਲ ਫਿਰ ਮਹਾਰਾਜ ਜੀ ਨੇ ਉਸ ਸਮੇਂ ਬਚਨ ਕੀਤਾ ਹੈ। ਲੋਕਤ ਬੋਲੇ ਗੁਰਨਾਥ, ਗੁਰੂ ਨਾਥ ਭਾਵ ਕਿ ਸਾਰਿਆਂ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਬੋਲੇ, ਭਾਵ ਕਿ ਸਿੱਖਾਂ ਨਾਲ ਬਚਨ ਕੀਤਾ ਉਸ ਸਮੇਂ। ਦੇਖ ਬਹੁਤ ਸਿੱਖੇ ਗੁਰਦੂਰੇ, ਕੀ ਕਿਹਾ ਮਹਾਰਾਜ ਜੀ ਨੇ, ਮਹਾਰਾਜ ਜੀ ਕਹਿੰਦੇ ਆ ਸਿੱਖੋ, ਸਿੱਖੀ ਦੇ ਵਿੱਚ ਭੇਖ ਬਹੁਤ ਜ਼ਿਆਦਾ ਹੈ, ਤੇ ਗੁਰੂ ਤੋਂ ਤੇ ਸਿੱਖੀ ਤੋਂ ਲੋਕ ਜਿਹੜੇ ਹਨ ਉਹ ਦੂਰ ਹੋ ਚੁੱਕੇ। ਅੱਜ ਵੀ ਆਪਾਂ ਵੇਖਦੇ ਹਾਂ ਕਿ ਭੇਖੀ ਜ਼ਿਆਦੇ ਹਨ, ਸਿੱਖ ਬਹੁਤ ਘੱਟ ਹਨ। ਪੰਜ ਤਰ੍ਹਾਂ ਦੀ ਵੈਸੇ ਸਿੱਖੀ ਕਹੀ ਗਈ ਹੈ, ਇੱਕ ਆ ਦੇਖਾ ਦੇਖੀ ਦੀ ਸਿੱਖੀ, ਇੱਕ ਹੈ ਸਿਦਕ ਦੀ ਸਿੱਖੀ, ਇੱਕ ਭਰੋਸੇ ਦੀ ਸਿੱਖੀ, ਇੱਕ ਧੰਦੇ ਦੀ ਸਿੱਖੀ ਤੇ ਇੱਕ ਪ੍ਰੇਮ ਦੀ ਸਿੱਖੀ। ਕਈ ਬੰਦੇ
जिन्हां नूं कोई काम काज नहीं मिलता वो तां करके सिख बन जांदे भई ये काम वधिया आ। कईआं नूं हिरफ हुंदी किसे काम की, कई प्रेम करके बनते है, कई वेखा वेखी दे विच वी सिख बन जांदे है भई उन्हें अमृत छक लिया मैं भी छक लवां। ते कई सच्चे भी प्रेमी हुंदे। विद्वाना ने पांच तरह की सिखी का गायन किया अपनी रचना दे विच। महाराज जी ने भी इत्थे कहा भाई सिखो सिखी दे विच भेख बहुता ज्यादा, भेख दिखायो जगत को लोगन को बसकी। लोकी भेख बहुता ज्यादा विखाउंदे अजकल, प्रदर्शन ज्यादा है पल्ले कुछ भी नहीं। मूर्ख बनाउण वास्ते बड़ियां वड्डियां वड्डियां तकरीरां भी दित्तियां जांदियां, स्पीचां भी दित्तियां जांदियां, अपने आप नूं सारे इत्थे सिद्ध करन दे उत्ते आए होए है कि मैं अपने आप नूं सिद्ध करना। कोई इत्थे सिक्खी नूं सिद्ध नहीं करना चाहुंदा, सारे आपो अपनी होमे दे विच है। इसलिए महाराज जी जानी जान है, महाराज जी सिखां नूं कहन लगे भाई सिखो भेखी बहुते ज्यादे है, गुरु की जड़ी सिखी है वह इन्हां भेखियां तो बड़े दूर रह गई है। गुर करके प्रतीत ते उरे, ते गुरु घर की प्रतीति तो भरोसे तो इन्हां दे जड़े हिरदे हन उरे हन खाली हन। अरे कीर्तन क्या होए जाए, इन्हां दा कीता होया कीर्तन भी उदा की फल इन्हां नूं प्राप्त होवेगा। मुदन करे नह काज सराए, ते जेड़े खाली हन उन्हां दा रोया होया भी किसे काम दा नहीं, ओ इस रोण दे नाल भी कोई काम नहीं सौरेगा इन्हां दा। गुरबच परन है प्रीत प्रतीते, ना ते गुरु दे बचना उत्ते इन्हां दी प्रतीति है भरोसा है, ते ना ही गुरु के बचना दे विच इन्हां दा प्रेम है। करत सर्ब कुछ गमनत रीते, ते की क्या करत सर्ब कुछ गमनत रीते, एदां ही सब कुछ करी जा रहे प्रेम तो भरोसे तो बगैर ही। ते ए जेड़े आ रीते जानगे भाव कि सखणे खाली हाथ ही संसार तो जानगे। सवैया रोवत रीज परै गुरदेव मरे को रोवत है मिल नारी। महाराज जी फरमाउंदे आ भाई जे रोण दे नाल ही रब खुश हुंदा हुंदा, ते जदों मनुख मर जांदा फिर ते अनेकां वार आपां वेख्या है कि जेड़ियां बीबियां हन बड़ा उच्ची उच्ची रोंदियां हन कि उन्हां दे रोण दा कोई फर्क पैंदा परमात्मा दे दर ते, भाव कि इस दे नाल रब रीझदा खुश हुंदा है। महाराज कहिंदे एदां रब खुश नहीं हुंदा किसे उत्ते। कीर्तन तेज अवरीज परै सुख मोर कपोत पकार उचारे, जे गाउण दे नाल उच्चियां उच्चियां आवाजां कढ़ण दे नाल परमात्मा रीझदा हुंदा। सुख कहिंदे तोते नूं, मोर ते कपोत कहिंदे ऐ कबूतर नूं, ये तो फिर बड़ी मिठी आवाज इन्हों की मनी गई है, फिर ये तो बहुत ही उच्ची उच्ची अपन आवाजा कढ़ दे, फिर रब इन्हां उत्ते सब तो पहला रीझ जांदा, इन्हां उत्ते अपनी सब तो पहला खुशी जाहर करदा, इन्हां दा उद्धार करदा परमात्मा। मज्जत दादर मोण महीर हो बानर कानन फूल फुलारी, जे इशनान करन दे नाल ही रब खुश हुंदा ते फिर दादर कहिंदे मेंढक जिहड़ा डड्डू है वह तो पानी विच रहिंदा, जल के मज्जन जे गत होवै मेंढक नित नित नावै। गुरबाणी दे विच वी इह दृष्टांत महाराज ने वरत्या है भाई जेकर कि इशनान दे नाल ही सब कुछ सिद्ध हो जाता परमात्मा खुश हो जाता फिर डड्डुआं दे उत्ते सब तो पहला खुश होंदे, जेकर कि मौन धारण दे नाल ही परमात्मा खुश हुंदा दरख्तां दे विचों केड़ी भाई आवाज आउंदी है फिर उन्हां उत्ते सब तो पहला खुशी हुंदी। बानन कानन फूल फूल फुलारी, ते जेकर कि फलां दे नाल फुलां दे नाल परमात्मा खुश हुंदा ते फिर जिहड़ा बांदर है वह ते कानन कहिंदे जंगलों दे विच ही रहिंदा, खांदा भी फल ते फुल है, फिर उहदे उत्ते सब तो ज्यादा खुशी हुंदी परमात्मा दी। प्रीत प्रतीत की लेश बिना सिख पंडित गायक जाहे सुहारी, परमात्मा दे खुश हुंदा प्रीत दे नाल ते प्रतीत भरोसे दे नाल, जिन्हां दा प्रेम है उन्हां उत्ते खुशी है ते जिन्हां दा भरोसा है उन्हां उत्ते खुशी है। जेकर कि इस प्रतीति दा ते प्रीति दा सिख दे विच लेश मात्र भी कण नहीं है ना, भावें उह सिख होवे
भावे वह पंडित ज्ञानवान भाव कि ग्रंथा का अध्ययन करन वाला होवे ते भावे कहिंदे कोई भी होवे उसका उधार नहीं हो सकता। जेकर कि उस दे अंदर प्रीति नहीं है भरोसा नहीं है। श्री मुखते सुन के अरदासीए बेनती कीन से नम्र अगारे। ते श्रोमणी सुभायमान मुख तो जदों महाराज जी ने अपने समीपी सिखा नू ए बचन कीता ते जड़ा अरदासिया सिंह सी ना इत्थे ता नाम नहीं आया पर कई इतिहासकारां ने नाम लिखिया भाई आलम जी होए आ महाराज दे हजूर दे विच सिख कि उन्होंने फिर महाराज जी अगे बेनती की बड़ी निम्रता दे सहत साज गुरु पातशाह बड़े दर्शन ते होवत सिख उदारे। महाराज जी आप जी सच्चे गुरु हो वड्डे पातशाह दे पातशाह हो वड्डे दर्शन ते होवत सिख उदारी तुहाडे दर्शना करके ता महाराज जी सिखां दा उधार आवाशी हो जाता है। रावर को दर्शन रो कीर्तन सिख करे सगरे इस बारी। इस बारी ता महाराज जी सिख ने तुहाडे दर्शन भी कर ले। भाई आलम सिंह जी कहिंदे महाराज जी नूं कि ये सिख ने ता महाराज जी दर्शन भी कीते तुहाडी संगत दा आनंद भी माणिया फिर उहदे उत्ते हुण वेखो कीर्तन भी बड़े प्रेम दे नाल सिख कर रहे हन। ते भाई आलम जी कहिंदे मैं सोचदा हां मन दे विच कि ए सिख दा उधार अवाशी होवेगा जरूर होवेगा। वै सब की अब श्रेह भले अग दुख मिटे प्रभ फेर उचारी। अते महाराज जी कहिंदे भाई जे महाराज जी दा सिख कहिंदे हवै सब की अब श्रेह भले अग दुख मिटे प्रभ फेर उचारी हुण इस नूं मुक्ति जरूर मिलेगी इस दे कीते हुए समूह जेड़े पाप हन ओ मिट जाणगे प्रभ फेर उचारा। भाई आलम दे बचना नूं सुन के फिर महाराज जी कहण लगे फिर दोहरा मनमुख हारत जगत मैं गुरमुख जावै जीत। महाराज जी कहिंदे ऐ भाई आलम मनमुख हारत जगत मैं जेड़े मनमुख मुख मनुख हन ओ संसार दे विच हार के जांदे ऐ जिन्हां दा मुख जेड़ा है ओ मन वाला है जो मन दे अनुसारी हो करके कर्म करदे हन उन्हां नूं मनमुख किया गया है। गुरमुख जावै जीत ते जेड़े गुरमुख जन हन रब दे प्यारे हन उन्हां दा मुख उजला हुंदा है ओ जित के जांदे हन संसार दे विचों। प्रत पारत साबद सिद्धक प्रीत प्रतीत है जीत। ओ गुरमुख जन अपने हिरदे दे विच सिदक नूं साबत रखदे आ भाव कि सिदक दे समेत रहिंदे हन प्रेम दे सदा वास्ते अनुसारी रहिंदे हन ते नाल दे नाल प्रतीत है भाव कि भरोसा भी अपने मन दे विच रखदे हन कि गुरु सब कुछ है हरेक दे हिरदे दी जानन वाला है हरेक जगह दे उत्ते परमात्मा विराजिया होया है ये उन्हां दे मन दे विच हमेशा वास्ते हुंदा ਉਹ ਕਦੀ ਵੀ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਛਲ ਨਹੀਂ ਕਰਦੇ ਫਰੇਬ ਨਹੀਂ ਕਰਦੇ ਹਨ। ਸਵਈਆ ਸੂਰਜ ਕੋ ਦਰਸਨ ਕਰੈ ਸਭ ਪਾਪ ਕਮਾਏ ਸੋ ਦੋਜਕ ਜਾਵੈ। ਮਹਾਰਾਜ ਜੀ ਕਹਿੰਦੇ ਸਨਾਤਨ ਮਤ ਦੇ ਵਿੱਚ ਕਿਹਾ ਗਿਆ ਸੂਰਜ ਦੀ ਪੂਜਾ ਕਰਨੀ ਚਾਹੀਦੀ ਹੈ। ਕਹਿੰਦੇ ਬੜੇ ਲੋਕ ਸੂਰਜ ਦੀ ਪੂਜਾ ਕਰਦੇ ਉਹਦੇ ਦਰਸ਼ਨ ਕਰਦੇ ਪਰ ਕਹਿੰਦੇ ਨਾਲ ਦੀ ਨਾਲ ਪਾਪ ਕਮਾਏ ਪਾਪ ਵੀ ਕਮਾਈ ਜਾਂਦੇ ਹੈ ਇਸ ਕਰਕੇ ਇਹੋ ਜਿਹੜੇ ਮਨੁੱਖ ਹਨ ਉਹ ਦੋਜਕਾਂ ਨੂੰ ਨਰਕਾਂ ਨੂੰ ਜਾਣਗੇ। ਪਾਣੀ ਸੋ ਦੇਵ ਨਹੀਂ ਜਗ ਭੀਤਰ ਭੇਟਤ ਤੀਰਥ ਪ੍ਰੇਤ ਬੁਲਾਵੈ। ਤੇ ਪਾਣੀ ਵਰਗਾ ਕੋਈ ਦੇਵਤਾ ਨਹੀਂ ਹੈ ਗੁਰਬਾਣੀ ਦੇ ਵਿੱਚ ਵੀ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹੱਤ ਕਿ ਪਾਣੀ ਵਰਗਾ ਕੋਈ ਦੇਵਤਾ ਨਹੀਂ ਹੈ ਸੰਸਾਰ ਦੇ ਵਿੱਚ। ਲੋਕੀ ਇਸ਼ਨਾਨ ਕਰਦੇ ਹੈ ਤੇ ਇਸ਼ਨਾਨ ਕਰਕੇ ਉਦੋਂ ਬਾਅਦ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ ਫਿਰ ਵੀ ਸਾਰੇ ਉਹਨੂੰ ਪ੍ਰੇਤ ਪ੍ਰੇਤ ਭੂਤ ਭੂਤ ਕਹਿ ਕੇ ਆਵਾਜ਼ਾਂ ਮਾਰਦੇ ਆ ਜੇਕਰ ਕਿਸੇ ਨੂੰ ਦਿਸ ਜਾਵੇ ਸੁਪਨੇ ਦੇ ਵਿੱਚ ਵੀ ਤਾਂ। ਇੰਦ ਕੇ ਤਾਰਾ ਕੇ ਪੌਣ ਸੁਰੇ ਸੁਰ ਦੇਖਣ ਦੇ ਨਾ ਛੂਟਣ ਪਾਵੈ। ਅਤੇ ਨਾਲ ਦੀ ਨਾਲ ਮਹਾਰਾਜ ਜੀ ਨੇ ਕਿਹਾ ਕਿ ਇੰਦ ਕੇ ਤਾਰਾ ਇੰਦ ਕਹਿੰਦੇ ਚੰਦਰਮਾ ਨੂੰ ਤਾਰੇ ਪੌਣ ਹਵਾ ਸਰੇਸਰ ਇੰਦਰ ਦੇਖਣ ਤੇ ਨਾ ਛੂਟਣ ਪਾਵੈ ਜੇਕਰ ਕਿ ਇਹਨਾਂ ਦੇ ਦਰਸ਼ਨ ਵੀ ਕੋਈ ਕਰ ਲਵੇ ਨਾ ਸੰਗਤ ਜੀ ਫਿਰ ਵੀ ਕਵੇ ਮੈਂ ਮੁਕਤ ਹੋ ਜਾਵਾਂਗਾ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਇਹਦੇ ਨਾਲ ਮੁਕਤੀ ਨਹੀਂ ਹੋਣੀ ਹੈ। ਲੋਕ ਕੇ ਰੀਤ ਕੇ ਲਾਜ ਭਰੇ ਜਾਣਾ ਹੋਏ ਪ੍ਰਤੀਤ ਤੋਂ ਨਾਮ ਤਰਾਵਾ। ਲੋਕ ਤਾਂ ਲੋਕ ਰੀਤ ਦੀ ਲਾਜ ਦੇ ਭਰੇ ਹੋਏ ਹਨ
एक दूजे वाल वेखदे याल वो लोकां दी शर्मो शर्मी दे नाल ही सारा काम करी जा रहे हैं। ते कहिंदे प्रतीत जेकर की भरोसा होवे फिर ही तरीदा है, इदा देखा देखी दे नाल किसी का उधार नहीं होना है। जाओ भई प्रीत प्रतीत बहीने लोग महाराज ही फरमाउंदे है, ए भाई आलम ये जिहड़े लोग सामने वेख रहे हैं ना, ना तो इन्हां दा प्रेम है ते ना ही इन्हां नूं भरोसा है, ये भरोसे तो बगैर हन ये लोग ये सिख। जन्म मरण नित प्राप्त शोक ये जन्म मरण दे विच पैणगे ते नितां ही इन्हां नूं ये जिहड़ा दुख है भोगना पवेगा। सिदक न हृदय रचियो परपंच इन्हां दे हिरदे दे विच सिदक नहीं है, इन्हां ने ये जिहड़ा परपंच है ये जिहड़ा दंभ है साडी हजूरी दे विच साडे सामने रचना कीता है। देखा देखी होए नर संच देखा देखी होए नर संच जिहड़ा कट्ठ भी तू देख रहा ना भाई आलम, ये जिहड़ा वेखा वेखी दा कट्ठ है। तुसी सारे सिखां ने कहा भी महाराज इस वारी बड़ा भारी इकट्ठ है, महाराज जी कहिंदे इकट्ठ दी गल नहीं है, ये ते देखा देखी दा है। नाले गुरु घर दे विच संगत जी क्वालिटी की गल होंदी है, क्वांटिटी की नहीं, इत्थे गिनती बहुते मायने नहीं रखती। वेखो आनंदपुर साहब कितना भारी इकट्ठ सी, पर नितरे ते सिर्फ उहदे विचों पंज ही ना जिन्हां नूं आपां पंज प्यारे साहिबान कहिंदे आ। इसलिए महाराज जी कहिंदे ऐ भाई आलम ए देखा देखी दे विच ही बहुते मनुख इकट्ठे होए हन। जो परखियो चाहत इन ताई जेकर की तू इन्हां नूं हुण परखना चाहुंदा है तां मौन तार लिहो अगन लुकाई ते मौन नूं धारण करके चुप चपीते जा ते अगन लुकाई भाव की अग दी चिंगारी लैके आउणा कर। जलती देह मृतक तरे अते ए जिहड़ी जलदी अग है ना चवंती जिहड़ी है लकड़ दी ओ लिया के मृतक दे जेड़े तख्ता आ उदे थले रख देना कर। अपरन को नह जिम लखत परे एदा सूझताई दे नाल बड़ी सियाणप दे नाल काम करी जिस दे नाल इस गल दा पता किसे होर नू ना लग सके। बिस्मे बचन माने अरदासी ए जदो गल भाई आलम जी ने सुनी ना संगत जी भाई आलम बड़ा हैरान होया। हुण गुरु महाराज ने बचन कीता सी भाई आलम ने गुरु महाराज दा वचन मन्निया फिर उतलावत गमण्यो तज पासी महाराज दे पासों बड़ी छेती दे नाल दौड़ करके गया है। ज्वलती देख बिखै बड़ भारी जिथे देख गुरु के लंगर तैयार हो रहे सन उस जगह दे उते जिहड़ी भट्ठी बल रही सी जिस दे विच बड़ियां लकड़ां पईयां होईयां सन तहते लीन अगन मुआठी ते उथे एक चवंती जिहड़ी आ ना अग दी भाव की एक कोला लकड़ी दा ओ लैणा कीता है भाई आलम ने। आवत पाते थले उतलाता ते बड़ी छेती दे नाल दौड़दा होया उस जगह दे उते आया है। ज्वल तो हाथ मैं गहिओ चुमाता ते जिस केड़ी जगह ते जिथे महाराज जी बैठे हुए हन ते हाथ दे विच इसने ओ बलदी हुई जेड़ी अग्नी दी चुवाती आ फड़ी हुई है। दियो मृत की सीढ़ी तरे महाराज जी दे कहे हुक होए हुक्म दे अनुसार ही हो करके भाई आलम जी ने ओ जेड़ी अग दी चुवांती है ओ मृतक दे थले भाव कि उहदे तख्ते दे थले दे दित्ती। फिर जिम गुर कहे तथा ही करे जिदा महाराज ने हुक्म कीता सी संगत जी उसे तरीके दे नाल महाराज दे हुक्म दे उते फुल चढ़ाए भाई आलम जी ने। अगन सेक तन जरबे लागा ते जदो अगनी दा सेक लगा ते शरीर फड़न लगा है सेह किम सके चेहत तब भागा हुण उस भेखी सिख तो उस सिख जेड़ा सेक है अगनी दा सिया नहीं जांदा हुण उत्थों दौड़ना चाहुंदा है। सब गिनती तज फारदुशाला ते फिर हौली हौली जदो सेक बहुता वध गया जेड़ा शरीर है फड़न लगा फिर सारियां गिनतियां छड़ के ते कहिंदे जेड़ा दुशाला उत्ते पाया होया सी मृतक दे उत्ते जेड़ा कपड़ा पाया होया सी उस नूं पाड़ करके तजे कफन को तूरन चाला अपने कफन नूं पाड़ के बड़ी छेती ना दौड़ करके गया है। भाग के ओ चीरत बड़ भीर कहिंदे इतनी तेजी ना दौड़िया कि जितनी भीड़ सी सारी भीड़ नूं चीरदा होया बड़ी दूर चला गया। नहीं थिर पयो किसी को तीर किसे भी मनुख दे सामने खलो नहीं सकिया ये जेड़ा भेखी सी नगर संगत के सब विस्माए ते जितने भी
मनुख हन जितने भी संगत है सारी बड़ी हैरान हुई उस समय भाणा क्या गुर वरताए ये किहो जिहा भाणा महाराज ने वरता दिता ये मनुख तां मरिया होया सी जिन्हां सिखां नूं नहीं सी पता भई इन्हां ने यह दंभ रचिया है पखंड रचिया है वह तो देख रहे आ कि यह सिख तो मरिया होया सी महाराज जी ने इनू किदां जगा दिता किदां जीवित कर दिता है कीर्तनीए सिख शब घर केरे अते जेड़े बड़ी जोर जोर दे नाल गुरबाणी दे शब्द पढ़ रहे सन सेवक की ओड़क निभी प्रीत अते नाले उस दे घर वाले ओ सारे दे सारे ही देखे शर्मिंदत भए कनेरे देखिया कि साडा जेड़ा पाज है वह उगड़ गया है सारे बड़े शर्मिंदे हुए हन लाज सबन की आखने आए ते सारियां दियां अखां दे विच ना शर्मिंदगी आई कि असी महाराज जी दे नाल ਇਹ ਚਤਰਾਈ ਕੀਤੀ ਹੈ ਸ਼ਿਹਾਰੀ ਮਾਰਨ ਦੀ ਕੋਸ਼ਿਸ਼ ਕੀਤੀ ਮਹਾਰਾਜ ਜੀ ਨੂੰ ਮੂਰਖ ਬਣਾਉਣ ਵਾਲੀ ਗੱਲ ਸੀ ਸਾਧ ਸੰਗਤ ਜੀ ਕਿ ਮਹਾਰਾਜ ਜੀ ਏਦਾਂ ਸਾਨੂੰ ਜਾਣ ਦੇਣਗੇ ਘਰਾਂ ਨੂੰ ਇਸ ਲਈ ਕਹਿੰਦੇ ਆਪਣੇ ਆਪ ਨੂੰ ਸਿੱਖ ਹੈ ਪਰ ਮਹਾਰਾਜ ਜੀ ਅੱਗੇ ਏਡਾ ਤਕੜਾ ਪ੍ਰਪੰਚ ਏਡਾ ਤਕੜਾ ਦੰਭ ਰਚ ਦਿੱਤਾ ਇਸ ਕਰਕੇ ਇਹ ਸਾਰੇ ਦੇ ਸਾਰੇ ਜਿਹੜੇ ਹਨ ਉਹ ਚੁੱਪ ਹੋ ਗਏ ਤੇ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਹਨ ਉਹਨਾਂ ਦੇ ਵਿੱਚ ਬੜੀ ਲਾਜ ਆਈ ਹੈ ਗੁਰ ਸਨਮੁਖ ਨਹਿ ਨਾਰੇ ਉਠਾਏ ਤੇ ਹੁਣ ਗੁਰੂ ਮਹਾਰਾਜ ਦੇ ਸਨਮੁਖ ਹੋ ਕਰਕੇ ਆਪਣੀ ਧੌਣ ਵੀ ਤਾਂ ਨੂੰ ਚੱਕਦੇ ਨਹੀਂ ਹਨ ਸ੍ਰੀ ਕਲਗੀਧਰ ਦੇਖ ਪਖਾਨਾ ਸ਼੍ਰੋਮਣੀ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੇ ਪਖੰਡ ਨੂੰ ਉਧੇੜ ਕਰਕੇ ਕਹਿਣਾ ਕੀਤਾ ਸੰਗਤ ਵੱਲ ਹੋ ਕਰਕੇ ਤੁਮਰੋ ਕੀਰਤਨ ਫਲਿਓ ਮਹਾਨਾ ਹੈ ਭਾਈ ਤੁਸੀਂ ਜਿਹੜਾ ਕੀਰਤਨ ਕਰਦੇ ਪਏ ਸੀ ਨਾ ਸੇਵਕ ਕੀ ਓੜਕ ਨਿਭੀ ਪ੍ਰੀਤ ਇਹ ਤੁਹਾਡਾ ਜਿਹੜਾ ਕੀਰਤਨ ਹੈ ਬਹੁਤਾ ਜ਼ਿਆਦਾ ਫਲੀ ਭੂਤ ਹੋ ਗਿਆ ਮਹਾਰਾਜ ਨੇ ਵਿਅੰਗ ਕਸਿਆ ਉਹਨਾਂ ਉੱਤੇ ਜਿਹੜੇ ਇਸ ਪਖੰਡ ਦੇ ਵਿੱਚ ਸ਼ਾਮਿਲ ਸਨ ਸਿੱਖੋ ਸ਼ਬਦ ਸੋ ਪ੍ਰੇਮ ਉਚਾਰਿਓ ਕਿਉਂਕਿ ਸਿੱਖੋ ਤੁਸੀਂ ਬੜੇ ਪਿਆਰ ਦੇ ਵਿੱਚ ਆ ਕੇ ਇਹ ਸ਼ਬਦ ਉਚਾਰਨ ਕਰ ਰਹੇ ਸੀ ਸੁਣਿਆ ਦੇਹ ਇਹ ਸਵਰਗ ਸੁਧਾਰਿਓ ਅੱਗੇ ਤਾਂ ਪਤਾ ਨਹੀਂ ਸੀ ਪਰ ਹੁਣ ਤੇ ਲੱਗਦਾ ਹੈ ਬਈ ਇਹ ਜਿਹੜਾ ਸਿੱਖ ਹੈ ਇਹ ਤਾਂ ਸਮੇਤ ਦੇਹੀ ਦੇਹੀ ਸਵਰਗਾਂ ਨੂੰ ਜਾ ਰਿਹਾ ਤਾਂ ਵੇਖੋ ਇਤਨੀ ਤੇਜ਼ੀ ਦੇ ਨਾਲ ਦੌੜ ਕਰਕੇ ਉੱਠ ਕਰਕੇ ਆਪਣੇ ਇਸ ਤਖਤੇ ਦੇ ਉੱਤੋਂ ਵੇਖੋ ਦੌੜਦਾ ਜਾ ਰਿਹਾ ਮਹਾਰਾਜ ਕਹਿੰਦੇ ਮੈਨੂੰ ਲੱਗਦਾ ਹੈ ਹੁਣ ਸਮੇਤ ਦੇਹੀ ਦੇ ਸਵਰਗ ਨੂੰ ਜਾ ਰਿਹਾ ਹੈ ਤਬ ਸਿੱਖਣ ਸਾ ਮਸਤਕ ਟੇਕੇ ਤਦੋਂ ਸਾਰੇ ਸਿੱਖਾਂ ਨੇ ਵੇਖਿਆ ਵੀ ਸਾਡਾ ਜਿਹੜਾ ਪਾਜ ਹੈ ਉਗੜ ਗਿਆ ਹੈ ਸਾਰਿਆਂ ਨੇ ਫਿਰ ਮਹਾਰਾਜ ਜੀ ਨੂੰ ਮੱਥਾ ਟੇਕਿਆ ਉਸ ਸਮੇਂ ਪਾਤਸ਼ਾਹ ਸੱਚ ਜਲਦ ਵਿਵੇਕੇ ਜਿਹੜੇ ਸ਼ਰਧਾਵਾਨ ਸਿੱਖ ਆ ਉਹ ਤੇ ਸਮਝ ਰਹੇ ਆ ਕਿ ਮਹਾਰਾਜ ਜੀ ਨੇ ਇਸ ਮਨੁੱਖ ਨੂੰ ਜਿਉਂਦਾ ਕਰ ਦਿੱਤਾ ਹੈ ਉਹ ਸਾਰੇ ਤਾਂ ਕਹਿ ਰਹੇ ਨੇ ਮਹਾਰਾਜ ਜੀ ਆਪ ਜੀ ਗਿਆਨ ਦੇ ਸਮੁੰਦਰ ਹੋ ਵਿਵੇਕ ਦੇ ਘਰ ਹੋ ਮਰੇ ਗਾਤ ਤੁਮਹੀ ਪ੍ਰਭ ਜਾਣੋ ਐ ਮਹਾਰਾਜ ਜੀ ਤੁਹਾਡੀ ਜਿਹੜੀ ਮਰਿਆਦਾ ਹੈ ਉਹ ਤੁਸੀਂ ਭਲੀ ਪ੍ਰਕਾਰ ਜਾਣੋ ਉਸ ਤੋਂ ਆਮ ਬੰਦਾ ਤੁਹਾਡੀ ਮਰਿਆਦਾ ਨੂੰ ਨਹੀਂ ਜਾਣ ਸਕਦਾ ਹੈ ਕਿਸਮੈ ਸ਼ਕਤ ਜੋ ਲੇਹ ਪਛਾਣੋ ਕਿਸ ਵਿੱਚ ਇਤਨੀ ਸ਼ਕਤੀ ਹੈ ਜੋ ਤੁਹਾਡੇ ਕੀਤੇ ਹੋਏ ਕਰਮ ਨੂੰ ਪਹਿਚਾਣ ਸਕੇ ਕੋਈ ਏਡਾ ਸ਼ਕਤੀ ਵਾਲਾ ਨਹੀਂ ਹੈ ਸੰਸਾਰ ਦੇ ਵਿੱਚ ਜਿਹੜਾ ਤੁਹਾਡੀ ਕੀਤੀ ਹੋਈ ਮਰਿਆਦਾ ਦੇ ਭੇਦ ਨੂੰ ਜਾਣ ਸਕੇ ਦਇਆ ਸਿੰਧ ਤਬ ਸਬਨ ਸੁਨਾਇਓ ਤਦੋਂ ਫਿਰ ਦਇਆ ਦੇ ਸਮੁੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਿਆਂ ਨੂੰ ਸੁਣਾ ਕੇ ਕਹਿਣਾ ਕੀਤਾ ਸਿੱਖੋ ਜੋ ਪ੍ਰਪੰਚ ਬਣਾਇਓ ਹੈ ਭਾਈ ਸਿੱਖੋ ਜਿਹੜਾ ਤੁਸੀਂ ਪ੍ਰਪੰਚ ਬਣਾਇਆ ਨਾ ਇਹ ਪਖੰਡ ਰਚਨਾ ਕੀਤਾ ਸੀ ਕਰ ਪੂਰਾ ਗਮਨਤ ਨਿਜ ਭਵਨੋ ਜੇਕਰ ਕਿ ਤੁਸੀਂ ਪੂਰਾ ਕਰ ਲੈਂਦੇ ਨਾ ਤੇ ਪੂਰਾ ਕਰਕੇ ਆਪਣੇ ਆਪਣੇ ਘਰਾਂ ਨੂੰ ਰਸਤੇ ਦੇ ਵਿੱਚ ਜਾਂਦੇ ਜਦੋਂ ਚਰਚਾ ਕਰਤ ਨਾ ਜਾਣਿਓ ਕਬ ਨੂੰ ਤੇ ਚਰਚਾ ਕਰਦੇ ਕਿ ਸਾਡੇ ਪ੍ਰਪੰਚ ਨੂੰ ਤਾਂ ਗੁਰੂ ਮਹਾਰਾਜ ਜੀ ਵੀ ਨਹੀਂ ਜਾਣ ਸਕੇ ਕਿਉਂਕਿ ਬੜੇ ਪਖੰਡੀ ਵੀ ਇਹੋ ਜਿਹੇ ਕਰਮ ਕਰਦੇ ਆ ਉਹ ਆਪਣੇ ਆਪ ਨੂੰ ਤ੍ਰਿਕਾਰਦਰਸ਼ੀ ਦੱਸਦੇ ਆ ਪਰ ਗੁਰੂ ਮਹਾਰਾਜ ਦੀ ਬਰਾਬਰਤਾ ਹੀ ਸੰਗਤ ਜੀ ਕੋਈ ਨਹੀਂ ਕਰ ਸਕਦਾ ਗੁਰੂ ਮਹਾਰਾਜ ਤਾਂ ਸਰਵ ਸ਼ਕਤੀਮਾਨ ਹਨ ਪਰਮਾਤਮਾ ਤੋਂ ਕੋਈ ਚੀਜ਼ ਪਰੇ ਥੋੜ੍ਹੀ ਹੈ ਸੰਸਾਰ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਕੋਈ ਵਸਤੂ ਨਹੀਂ ਹੈ ਜਿਸ ਚੀਜ਼ ਦੇ ਭੇਦ ਨੂੰ ਗੁਰੂ ਨਹੀਂ ਜਾਣ ਸਕਦਾ ਜਿਸ ਚੀਜ਼ ਦੇ ਭੇਦ ਨੂੰ ਕਲਗੀਧਰ ਪਾਤਸ਼ਾਹ ਨਹੀਂ ਜਾਣ ਸਕਦੇ ਇਸ ਲਈ ਮਹਾਰਾਜ ਜੀ ਸਿੱਖਾਂ ਨੂੰ ਸੰਬੋਧਿਤ ਹੋ ਕੇ ਕਹਿੰਦੇ ਸਿੱਖੋ ਜੇਕਰ ਕਿ ਤੁਹਾਡਾ ਪ੍ਰਪੰਚ ਤੁਸੀਂ ਪੂਰਾ ਕਰ ਲੈਂਦੇ ਤੇ ਤੁਸੀਂ ਤਾਂ ਇਹੀ ਕਹਿਣਾ ਸੀ ਰਸਤੇ ਦੇ ਵਿੱਚ ਚਰਚਾ ਵੀ ਇਹੀ ਹੋਣੀ ਸੀ ਤੁਹਾਡੇ ਵਿੱਚ ਕਿ ਸਾਡੇ ਪ੍ਰਪੰਚ ਨੂੰ ਸਾਡੇ ਪਖੰਡ ਨੂੰ ਕਲਗੀਧਰ ਪਾਤਸ਼ਾਹ ਵੀ ਜਾਣ ਨਹੀਂ ਸਕੇ ਹਨ ਅਪਰ ਨਰਨ ਸਮ ਹਮ ਕੋ ਜਾਣਤ ਤੇ ਅਪਰ ਨਰਨ ਸਮ ਤੇ ਹੋਰਨਾਂ ਮਨੁੱਖਾਂ ਵਾਂਗ ਹੀ
सानू भी तुसी जान दे कि गुरु जी भी शक्ति तो अधूरे हन सिखी सतगुर दैत महानत ते इस तरह दे नाल जेकर की हो जांदा ते सिखी दा जेड़ा सिदक है ना वो तुहाडे हिरदे दे विचों हमेशा वास्ते हान हो जाना सी सिखी हमेशा वास्ते तुहाडे हिरदे दे विचों चली जानी सी या तेने प्राप्त कल्याण इस करके तुहानू कल्याणता दी प्राप्ति नहीं सी होनी भूत नरक की गति निदान ते अते अंत दे समय तुहानू नरकां दे विच पैना पैना सी हम सिखण को चहत उधारे भाई असी ते सिखां नू उधारना चाहुंदे हां या ते तुमरो कपट उघारे इस करके भाई ये तुहाडा कीता होया कपट है ना जेड़ा सी सारी संगत विच प्रगट करके दसना कीता है जानोगे अब अंतर जामी हुण तुसी सानू अंतर जामी जानोगे कि जेड़ा गुरु है वह सरबग है अते जेड़े आम जीव होया करदे हन उह अलपग होया करदे हन लख्यो महात्म ठानो स्वामी फिर तुसी इस गल दे महात्म नू जान लवोगे कि गुरु नानक दे महाराज जी दा जेड़ा घर है उह सारिआं दा ही मालक है सिख समीपण बिना सुनाई जेड़े कोल बैठे सन ना जेड़े हर रोज महाराज दे समीपी सिख हन संगत जी उन्हां ने फिर बेनती करके सुनाउणा कीता महाराज जी अगे अरजोई कीती है उन्हां ने बख्शो इन कूरी चतुराई महाराज जी आप जी कृपा करो जेड़ी इन्हां ने खोटी चतुराई तुहाडे नाल कीती है ना उस नूं बख्श देना करो क्योंकि गुरबाणी दा भी फरमान है संगत जी चतराई ना चतर पुज पाई है दुख ना कोई महाराज एहो जी कृपा करो ते जेड़ा इन्हां ने पखंड कीता है ओदे कारण इन्हां नूं कोई दोख ना लगे कोई पाप ना लगे भई रोग छल ठान्यो सोई भई रोग छल ठान्यो सोई जिस करके इन्हां जेड़ा रोकण वास्ते आप जी ने हुक्म कीता सी उस छल नूं रोकण वास्ते जेड़ा इन्हां ने ये छल करना कीता है महाराज जी ये आप जी महाराज इन्हां नूं कोई भी पाप ना लगना करे दोहरा सुन सिखण ते सतगुरु कृपा दृष्टि वलोक जदों सिखां पासों ये बचन सुने ते महाराज जी ने कृपा दृष्टि दे नाल सारे सिखां नूं तकना कीता है सबन सुनावत बदन ते उचरियो एक सलोक महाराज जी ने एक सलोक उचारण कीता संगत जी उह सलोक की सी कि असी खते बहुत कमाव दे अंत ना पारावार कर कृपा करके बख्श लैहो हो पापी बड़ गुणैगार इस तरह दे नाल महाराज ने यह सलोक उचारना कीता ते नाल दी नाल संगत नूं आग्या दित्ती भाई जदों भी होला होवे जां दशहरा होवे उदों गुरु घर दे विच जरूर आउणा है जिहड़ा तुसीं छल कीता है साडे नाल इहदा तुहानूं जिहड़ा पाप है उह इसदा नाश हो जाएगा यह पावन पवित्र इतिहास आप जी ने अज दे प्रसंगां विच सरवण कीते हन विचार करदिआं तो एक नहीं अनेक तरह दीआं गलतियां होईआं होणगीआं महाराज जी का कोटन कोट शुकराना कि जिन्ना गुरु महाराज की कृपा सदका दासरिया ने आप सरबत संगतां दे दर्शन किए हैं सो अति सत्कारयोग सिंह साहिब ज्ञानी जगतार सिंह जी का अते सिंह साहिब ज्ञानी हरमित्र सिंह जी अते दमदमी टकसाल के मौजूदा महापुरख संत ग्ञानी हरनाम सिंह जी खालसा भिंडरांवाले का धन्यवाद जिन्हां दीआं असीसां सदका महाराज जी दे इस मुकद्दस अस्थान दे उत्ते हाजरी भरन दा सुभाग प्राप्त होया है हुण इत्थे ही विचारां नूं संकोचदे होए अज दे प्रसंगां दी समाप्ति है हुण दो पंक्तियां पढ़ के इत्थे ही समाप्ति है जी असी खते बहुत कमावदे अंत न पारावार हर कृपा करके बख्श लहु हौ पापी वड़ गुणगार वाहिगुरु जी का खालसा वाहिगुरु जी की फतेह।